welcom guys on my youtube channel aisles with sofia aaj main tade naal share karan laggi ha kuch main important very important pattern parcel pivotal tusi jo marzi keh lo very powerful steps jehdi taddi help kar sakde hai task 2 nu effectively likhan de naal ਸੋ ਇਸ ਵੀਡੀਓ ਨੂੰ ਵਾਚ ਕਰਿਆ ਜੇ ਟਿਲ ਐਂਡ ਤਾਂ ਕਿ ਤੁਹਾਨੂੰ ਉਹਨਾਂ ਮੇਨ ਸਟੈਪਸ ਦਾ ਪਤਾ ਲੱਗ ਸਕੇ ਕਿ ਉਹਨਾਂ ਸਟੈਪਸ ਨੂੰ ਅਗਰ ਤੁਸੀਂ ਧਿਆਨ ਦੇ ਵਿੱਚ ਲਿਖ ਦਿਓ ਆਪਣਾ ਟਾਸਕ ਟੂ ਦੈਨ ਤੁਹਾਡੇ 6.5 7 اور 7.5 ਬੈਂਟ ਕਿਤੇ ਵੀ ਨਹੀਂ ਗਏ ਸੋ ਪਲੀਜ਼ ਵਾਚ ਥਿਸ ਵੀਡੀਓ ਟਿਲ ਐਂਡ ਹਾਂਜੀ ਗਾਇਸ ਅਗਰ ਆਪਾਂ ਫਰਸਟ ਸਟੈਪ ਦੇਖੀਏ ਤਾਂ ਆਪਣਾ ਫਰਸਟ ਸਟੈਪ ਮੇਨ ਪੁਆਇੰਟ ਜਿਹਨੂੰ ਤੁਸੀਂ ਕਹਿੰਦੇ ਹੋ ਹੈਗਾ ਵੈ ਅੰਡਰਸਟੈਂਡਿੰਗ ਅੰਡਰਸਟੈਂਡਿੰਗ ਮੀਨਸ ਟੂ ਸੇ ਟਾਸਕ ਅਚੀਵਮੈਂਟ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਰੀਡ ਕਰ ਲੋ ਅੰਡਰਸਟੈਂਡ ਕਰ ਲੋ ਸਟੇਟਮੈਂਟ ਨੂੰ ਕੇਅਰਫੁਲੀ ਕਿ ਐਗਜ਼ੈਕਟ ਦੇ ਵਿੱਚ ਟਾਸਕ ਟੂ ਹੈਗਾ ਕੀ ਦੇਤੇ ਹੈ ਲਿਖਣਾ ਕੀ ਦੇਤੇ ਹੈ ਐਗਜ਼ੈਕਟਲੀ ਅਗਰ ਤੁਹਾਨੂੰ ਇਹੀ ਪਤਾ ਲੱਗ ਜਾਵੇ ਦੈਨ ਤੁਸੀਂ ਆਰਾਮ ਦੇ ਨਾਲ ਲਿਖ ਸਕਦੇ ਹੋ ਪੁਆਇੰਟ ਸੋਚ ਸਕਦੇ ਹੋ ਬ੍ਰੇਨਸਟਾਰਮਿੰਗ ਨੈਕਸਟ ਪੁਆਇੰਟ ਬ੍ਰੇਨਸਟਾਰਮਿੰਗ ਮੀਨਸ ਟੂ ਸੇ ਆਪਣੇ ਕੁਝ ਆਈਡੀਆਜ਼ ਨੋਟ ਡਾਊਨ ਕਰ ਲਓ ਵੋਕੈਬਲਰੀ ਨੋਟ ਡਾਊਨ ਕਰ ਲਓ ਬਟ ਕੁਇਕਲੀ ਛੇਤੀ ਛੇਤੀ ਠੀਕ ਹੈ ਇੰਨਾ ਟਾਈਮ ਨਹੀਂ ਲਗਾਉਣਾ ਪਲਾਨ ਕਰ ਲਓ ਪਲੈਨਿੰਗ ਪਲਾਨ ਤਾਂ ਆਪਾਂ ਹਰ ਕਿਤੇ ਪਲੈਨਿੰਗ ਇੰਪੋਰਟੈਂਟ ਹੈ ਹਰ ਕਿਸੇ ਕੰਮ ਦੇ ਵਿੱਚ ਜ਼ਰੂਰੀ ਨਹੀਂ ਹੈ ਆਲਸ ਦੇ ਵਿੱਚ ਸਪੀਕਿੰਗ ਲਿਸਨਿੰਗ ਰੀਡਿੰਗ ਹਰ ਕਿਸੇ ਮੋਡਿਊਲ ਦੇ ਵਿੱਚ ਹਰ ਕੋਈ ਤੁਹਾਡੇ ਪਰਸਨਲ ਲਾਈਫ ਦੇ ਵਿੱਚ ਪਲੈਨਿੰਗ ਇੰਪੋਰਟੈਂਟ ਹੈ ਪਲਾਨ ਅਬਾਊਟ ਟਾਸਕ 1 ਐਂਡ ਟਾਸਕ 2 ਦੇ ਬਾਰੇ ਲਾਈਕ ਪਲਾਨ ਕਰੋ ਬੀਪੀ 1 ਬੀਪੀ 2 ਦੇ ਬਾਰੇ ਪਲਾਨ ਕਰੋ ਵਟ ਯੂ ਹੈਵ ਟੂ ਰਾਈਟ ਕਿ ਤੁਸੀਂ ਅਸਲ ਦੇ ਵਿੱਚ ਲਿਖਣਾ ਕੀ ਹੈ ਅਗਰ ਟਾਸਕ 1 ਹੈ ਤਾਂ ਤੁਸੀਂ ਟਾਸਕ 1 ਦੇ ਵਿੱਚ ਕਿਹੜਾ ਕਿਹੜਾ ਸਟਰਕਚਰ ਯੂਜ਼ ਲਗਾ ਕੇ ਹਾਊ ਐਵਰ ਲਗਾ ਕੇ ਤੁਸੀਂ ਟਾਸਕ 1 ਦੇ ਵਿੱਚ ਕਿਹੜੇ ਸਟਰਕਚਰ ਯੂਜ਼ ਕਰਨੇ ਆ ਟਾਸਕ 2 ਦੇ ਵਿੱਚ ਕਿਹੜੇ ਸਟਰਕਚਰ ਯੂਜ਼ ਕਰਨੇ ਆ ਸਾਰਾ ਕੁਝ ਆਪਾਂ ਪਲੈਨਿੰਗ ਕਰ ਲਈਸਟ ਹੈਗਾ ਪੈਰਾਗ੍ਰਾਫ 1 ਫੇਵਰ ਦੇ ਵਿੱਚ ਪੈਰਾਗ੍ਰਾਫ 2 ਫੇਵਰ ਹੈ ਜਾਂ ਫਿਰ ਅਗੇਨਸਟ ਹੈ ਅਗਰ ਤੁਸੀਂ 70 30 ਗਾਇਓਦ ਸਟੈਂਡ ਵਾਲੇ ਟੌਪਿਕ ਦੇ ਵਿੱਚ then ਤੁਸੀਂ ਅਗੇਨਸਟ ਲਿਖੋਗੇ ਅਗਰ ਤੁਸੀਂ 100% ਐਗਰੀਓ 100% ਡਿਸਐਗਰੀਓ then ਦੋਨੋਂ ਪੈਰਾਗ੍ਰਾਫ ਦੇ ਵਿੱਚ ਕੀ ਆ ਜਾਏਗਾ ਫੇਵਰ ਦੇ ਰਿਲੇਟਡ ਅਗਰ ਆਪਾਂ ਗੱਲ ਕਰੀਏ ਪੈਰਾਗ੍ਰਾਫ 3 ਦੀ ਤਾਂ ਪੈਰਾਗ੍ਰਾਫ 3 ਦੇ ਵਿੱਚ ਤੁਹਾਡਾ ਕੀ ਆਏਗਾ ਕੰਕਲੂਜਨ ਅਗਰ ਤੁਸੀਂ ਫੇਵਰ ਦੇ ਰਿਲੇਟਡ ਲਿਖਿਆ then ਫੇਵਰ ਦੇ ਰਿਲੇਟਡ ਅਗਰ ਤੁਹਾਨੂੰ opinion ਪੁੱਛਿਆ ਤਾਂ opinion ਅਗਰ ਇੰਟਰਪ੍ਰੀਟੇਸ਼ਨ ਇੰਟਰਪ੍ਰੀਟੇਸ਼ਨ ਮੀਨਸ ਟੂ ਸੇ ਕਨਟਰਾਡਿਕਟ ਲਾਈਕ ਅ ਆਪੋਜ਼ਿਟ ਪੁੱਛਿਆ ਗਿਆ ਵੈਨ ਤੁਸੀਂ ਆਪੋਜ਼ਿਟ ਤੁਸੀਂ opinion ਦੇ ਵਿੱਚ ਜੋ ਲਿਖਣਾ ਚਾਹੁੰਦੇ ਹੋ ਲਾਈਕ 70 30 ਐਸਟੈਂਟ ਵਾਲੇ ਠੀਕ ਹੈ ਤੁਸੀਂ ਜਿਹੜੀ ਜੇ ਸਾਈਡ ਜ਼ਿਆਦਾ ਹੈਗੀ ਉਸ ਅਕੋਰਡਿੰਗ ਲਿਖੋਗੇ ਲਿੰਕਰਸ ਜ਼ਰੂਰ ਯੂਜ਼ ਕਰੋ ਮਾਰਕਰਸ ਜ਼ਰੂਰ ਯੂਜ਼ ਕਰੋ ਲਾਈਕ ਇਟ ਇਜ਼ ਜਨਰਲੀ ਕਨਸੀਡਰਡ ਥੈਟ ਨਾਊ ਅਡੇਜ਼ देयर ਆ देयर आर ਟੂ ਮੇਨ ਰੀਜ਼ਨਸ ਇਕ ਐਜ਼ ਅ ਰਿਜ਼ਲਟ ਤੁਹਾਡੇ ਮੇਨ ਲਿੰਕਰਸ ਹੋਗੇ ਤੁਹਾਡੇ ਮੇਨ ਕਨੈਕਟਰਸ ਹੋਗੇ ਵਾਟਸ ਮੋਰ ਲਾਸਟ ਬਟ ਨੋਟ ਲੀਸਟ ਕੰਟਰਾਸਟ ਦੇ ਰਿਲੇਟਡ ਵਾਈਲ ਵੇਅਰ ਐਜ਼ ਵਿਲਸਟ ਹਾਊਏਵਰ ਅਗਰ ਕਿਸੇ ਬੱਚੇ ਨੂੰ ਵਾਈਲ ਵੇਅਰ ਐਜ਼ ਵਿਲਸਟ ਹਾਊਏਵਰ ਦਾ ਯੂਜ਼ ਕਰਨਾ ਨਹੀਂ ਆਂਦਾ ਥੈਨ ਤੁਸੀਂ ਕਮੈਂਟ ਬੋਥਸ ਦੇ ਵਿੱਚ ਜ਼ਰੂਰ ਦੱਸਿਆ ਜੇ ਤਾਂਕਿ ਮੈਂ ਤੁਹਾਡੇ ਲਈ ਇੱਕ ਵੀਡੀਓ ਬਣਾ ਸਕਾਂ ਜਿਸ ਦੇ ਵਿੱਚ ਤੁਹਾਨੂੰ ਵਾਈਲ ਵੇਅਰ ਐਜ਼ ਵਿਲਸਟ ਹਾਊਏਵਰ ਆਲਥੋ ਇਹਨਾਂ ਦਾ ਸਿንስ करना आज भी कंक्लूजन लास्ट टू कंक्लूड टू सम अपल प्लानिंग करो ब्रेन स्ट्रॉमिंग करो अंडरसटैंड करो फिर कंकलूजन दैन हाँ जी गाइज फिर वीडियो किस तरह की लगी प्लीज मैं इन द कमेंट बॉक्स एंड वन मोर थिंग ਪਲੀਜ਼ ਸ਼ੇਅਰ ਥਿਸ ਵੀਡੀਓ ਮੋਰ ਐਂਡ ਮੋਰ ਵਿਦ ਯਰ ਫਰੈਂਡਸ ਤਾਂ ਕਿ ਤੁਹਾਡੇ ਹੋਰ ਫਰੈਂਡਸ ਨੂੰ ਵੀ ਪਤਾ ਲੱਗ ਸਕੇ ਕਿ ਟਾਸਕ ਟੂ ਇਫੈਕਟਿਵਲੀ ਕਿੱਦਾਂ ਲਿਖਿਆ ਜਾ ਸਕਦਾ ਹੈ ਓਕੇ ਗਾਇਜ਼ ਹੁਣ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਟੇ ਬlesਟ ਸਟੇ ਕਨੈਕਟਡ ਆਇਲੈਟਸ ਵਿਦ ਸੋਫੀਆ